ਇੰਨੇ ਸੋਹਣੇ ਹੱਥ ਲੱਗਣ ਦੇ ਨੇ, ਕਿੰਨੇ ਬਣਵਾ ਕੇ ਦਿੱਤੀ ਏ? ਆਏ ਹਾਏ, ਕਿੰਨੇ ਬਣਵਾ ਕੇ ਦੇਣੀ? ਤੈਨੂੰ ਤੇ ਪਤਾ ਮੈਨੂੰ ਕੌਣ ਬਣਵਾ ਕੇ ਦੇਗਾ? ਆਪ ਬਣਵਾਈ ਤੇ ਆਪ ਹੀ ਬਣਵਾਈ ਸੀ ਜਦੋਂ ਦਾ ਵਿਆਹ ਹੋਇਆ, ਤੈਨੂੰ ਪਤਾ ਜਿਹੜੇ ਬਣ ਗਿਆ ਸੀ ਚੀਜ਼ਾਂ ਬਣ ਗਈਆਂ ਸੀ। ਐਡੀ ਸੋਹਣੀ ਹੁਣੇ, ਹੁਣ ਤੇਰਾ ਕੀ ਪੱਲੇ ਰਿਹਾ? ਮੈਂ ਤੇ ਆਪ ਵੇਖਣ ਡਈ ਆ। ਬਸ ਪੈਣਾ ਕੀ ਦੱਸਾਂ ਤੈਨੂੰ, ਕੀ ਦੱਸਾਂ, ਹਲੇ ਵੀ ਵੇਖ ਲੈ, ਹਲੇ ਵੀ ਕਹਿ ਮੈਨੂੰ ਗੱਲਾਂ ਸੁਣਾਉਂਦੇ ਨੇ। ਐ ਮੇਰੀ ਸੱਸ ਚੰਡਾਲ ਉਹਦੀ ਛੱਡ, ਮੈਨੂੰ ਇਹ ਦੱਸ ਤੇਰੇ ਬੰਦੇ ਦਾ ਕੀ ਸਲੂਕ ਤੇਰੇ ਨਾਲ? ਲੈ ਪੈਣਾ ਕੀ ਦੱਸਾਂ, ਕੀ ਦੱਸਾਂ, ਕੁਛ ਨਾ ਪੁੱਛ, ਜੇ ਬਹੁਤਾ ਕਹਿੰਦੀ ਤੇ ਦੱਸ ਦੇਣੀ ਆ। ਰੰਗ ਦਾ ਕਾਲਾ ਠੀਕ ਹੈ ਨਾ? ਮੈਂ ਕਦੀ ਕੁਛ ਨੀ ਕਿਹਾ, ਮੈਂ ਕਿਹਾ ਚੱਲ ਕੋਈ ਗੱਲ ਨੀ, ਮਾਂ ਪਿਓ ਨੇ ਵਿਆਹ ਤਾਂ ਗੁਜ਼ਾਰਾ ਕਰਾਂਗੀ, ਐਡਾ ਮੋਟਾ ਐਡਾ ਢਿੱਡ, ਕਦੀ ਕੋਈ ਗੱਲ ਨੀ ਕੀਤੀ, ਫੇਰ ਵੀ ਗੁਜ਼ਾਰਾ ਕਰਦੀ ਪਈ। ਤੇਰੇ ਵਾਸਤੇ ਏਡੇ ਏਡੇ ਸੋਹਣੇ ਡਾਕਟਰਾਂ ਦੇ ਰਿਸ਼ਤੇ ਆਏ ਨੇ ਤੇ ਤੂੰ ਕਾਲੇ ਜੇ ਨਾਲ ਕਰ ਲਿਆ, ਤੂੰ ਮੈਨੂੰ ਤਸਵੀਰ ਵੀ ਨੀ ਵਿਖਾਈ ਹਲੇ ਤੱਕ। ਬਸ ਮੈਂ ਦੱਸ ਕੀ ਕਰਾਂ, ਹੁਣ ਗੁਜ਼ਾਰਾ ਕਰਦੀ ਪਈ ਨਾ, ਫੇਰ ਵੀ ਉਹਦੇ ਬਾਵਜੂਦ ਵੀ ਭੈਣਾ ਹਫਤਾ ਹਫਤਾ ਨੀ ਨਹਾਉਂਦਾ, ਫੇਰ ਵੀ ਗੁਜ਼ਾਰਾ ਕਰਦੀ ਪਈ ਆ, ਮੈਂ ਦੱਸ ਕੀ ਕਰਾਂ। ਤੇ ਸੱਸ ਮੇਰੀ ਨਨਾਣ ਚੰਡਾਲ, ਐ ਪਿਛਲੇ ਦਿਨਾਂ ਪੁੱਫੀ ਇਹਨਾਂ ਦੀ ਸਰਈਆ ਉਹਨਾਂ ਸ਼ਾਦੀ ਤੇ ਗਈਆਂ ਸੀ, ਠੀਕ ਹੈ ਭੈਣਾ? ਮੈਂ ਤਾਂ ਡੇਲੇ ਫਾੜ ਫਾੜ ਕੇ ਵੇਖ, ਤੈਨੂੰ ਤਾਂ ਪਤਾ ਮੈਂ ਤਾਂ ਸੋਹਣਾ ਜੁੱਤੀ ਕੱਪੜਾ ਪਾਉਂਦੀ ਹਾਂ, ਮੈਂ ਤਾਂ ਹਰ ਚੀਜ਼ ਦਾ ਤੈਨੂੰ ਪਤਾ ਹੀ ਹੈਗਾ, ਸ਼ੁਰੂ ਤੋਂ ਮੈਂ ਤਾਂ ਦਰਜੀ ਤੋਂ ਕੱਪੜੇ ਸਵਾਲ ਸੜ ਗਈਆਂ, ਪੁੱਜ ਗਈਆਂ, ਇੰਜ ਵੇਖਣ ਦੀਦੇ ਫਾੜ ਫਾੜ ਕੇ, ਫਿਰ ਮੈਂ ਹੋਰ ਸਾੜਿਆ ਕਰ ਉਹਨਾਂ ਨੂੰ, ਲੈ ਸਾੜਾਂ ਕੀ, ਘਰ ਆ ਗਈ ਮੈਨੂੰ ਤੇ ਨਜ਼ਰ ਲੱਗ ਗਈ, ਬਸ ਆਉਂਦਿਆਂ ਮੈਂ ਤੇ ਮੰਜੇ ਤੇ ਪੈ ਗਈ, ਬਸ ਕੀ ਦੱਸਾਂ, ਮੈਂ ਤੇ 8 ਦਿਨ ਨਹੀਂ ਉੱਠੀ ਕੋਈ, ਮੈਂ ਤੇ ਤੰਗ ਜ਼ਲੀਲ ਹੋਈ, ਇੰਜ ਦੀਦੇ ਫਾੜ ਫਾੜ ਕੇ ਵੇਖਦੀਆਂ ਤੇ ਬੰਦਾ ਮੇਰਾ ਐਡਾ ਮਾਂ ਦੀ ਸੁਣਦਾ, ਸ਼ਾਦੀ ਤੋਂ ਪਹਿਲੇ ਬਸ ਮੇਰੀ ਜਿਹੜੀ ਸੁਣਦਾ ਸੀ ਸੁਣਦਾ, ਹੁਣ ਨਹੀਂ ਸੁਣਦਾ, ਐਡਾ ਕੋੜਾ ਐਡਾ ਗੰਨਾ, ਨਾ ਟਕਾ ਨੀ ਕਮਾਉਂਦਾ, ਸਾਰਾ ਦਿਨ ਬਾਹਰ ਲੂਰ ਲੂਰ ਫਿਰਦਾ ਰਹਿੰਦਾ, ਕਸਮੇ ਤੇ ਸ਼ਾਮੀ ਘਰ ਆ ਜਾਏਗਾ ਤੇ ਚਦਰਾਹਟ ਵੱਖਰੀ ਦੇ, ਮੈਨੂੰ ਸੂਟ ਇਸਤਰੀ ਕਰਕੇ ਖਾਣਾ ਦੇ, ਮੈਨੂੰ ਗਰਮ ਕਰਕੇ, ਬਸ ਕੀ ਕਰ, ਸਾਰਾ ਦਿਨ ਕਿਚਨ ਚ ਲੱਗੀ ਰਹਿਣੀ, ਮੇਰੇ ਹੱਥਾਂ ਦਾ ਹਾਲ ਵੇਖ ਕੀ ਹੋ ਗਿਆ, ਉਹਦੇ ਬਾਵਜੂਦ ਵੀ ਖੁਸ਼ ਨੀ ਹੈਗੀਆਂ, ਚੰਡਾਲਾ ਮੇਰੇ ਸਿਰ ਤੇ ਬੈਠੀਆਂ ਨੇ ਦੋਵੇਂ ਜਣੀਆਂ, ਅਸੀਂ ਹੱਥ ਦੇਣ ਚੁੱਕਿਆ ਉਹਨਾਂ ਨੇ ਤੇਰੇ ਤੇ, ਨਾ 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 ਐਡੀ, ਮੈਂ ਤੈਨੂੰ ਪਤਾ ਹੈਗਾ ਫਿਰ ਅਗਲੇ ਦਿਨ ਬਸ ਐਵੇਂ ਪਿਆਰ ਨਾਲ ਥੱਪੜ ਮਾਰਿਆ ਸੋ, ਪਰ ਮੈਂ ਨਾ ਮੈਂ ਬਦਲਾ ਲਿਆ ਪੂਰਾ, ਕਿਸ ਤਰ੍ਹਾਂ? ਮੈਂ ਨੀ ਮੰਨੀ, ਫਿਰ ਮੈਂ ਵੀ ਰਾਤੀ ਨੀ ਪੈਂਟਾਂ ਟੁੱਕਤੀਆਂ, ਫਿਰ ਸਾਰਾ ਦਿਨ ਚੁਆ ਲੱਭਦਾ ਰਿਹਾ, ਐਡਾ ਗੰਦਾ ਬੰਦਾ ਕਿਵੇਂ ਗੁਜ਼ਾਰਾ ਕਰ ਰਿਹਾ? ਨਹੀਂ ਨਹੀਂ, ਜਿੱਡਾ ਚੰਗਾ ਮੇਰਾ ਬੰਦਾ ਹੈ, ਬਹੁਤ ਚੰਗਾ ਹੈਗਾ, ਮੈਂ ਤੈਨੂੰ ਕੀ ਦੱਸਾਂ, ਹਰ ਇੱਕ ਚੀਜ਼ ਘਰ ਚ ਲਿਆ ਕੇ ਦਿੰਦਾ ਹੈ। ਐ ਕੀ ਕਹੀ ਜਾਣ ਰਹੀ ਹੈ? ਹਾਂ ਹਾਂ, ਅਸਲਾਮ ਅਲੈਕਮ। ਮੈਂ ਨਾ ਦੱਸਣ ਡਈ ਸਾਨੂੰ ਕਿ ਮੇਰਾ ਬੰਦਾ ਬੜਾ ਚੰਗਾ, ਹਰ ਇੱਕ ਚੀਜ਼ ਘਰ ਲਿਆ ਕੇ ਰੱਖਦਾ ਵੇ, ਜੁੱਤੀ ਕੱਪੜਾ ਕਿਸੇ ਚੀਜ਼ ਦੀ ਕਮੀ ਨੀ ਆਣ ਦਿੰਦਾ ਮੈਨੂੰ, ਸੱਸ ਮੇਰੀ ਤੇ ਐਡੀ ਚੰਗੀ ਏ, ਐਡੀ ਚੰਗੀ ਏ ਨਨਾਣ ਮੇਰੀ। ਕੀ ਕਹੀ ਜਾਣ ਰਹੀ? ਹਾਂ ਮੈਂ ਤੈਨੂੰ ਸਹੀ ਦੱਸ ਰਹੀ ਆ ਨਾ, ਕਿਚਨ ਚ ਨੀ ਜਾਣ ਦਿੰਦੀਆਂ, ਸਾਰਾ ਕੰਮ ਕਰਦੀਆਂ ਨੇ, ਮੈਂ ਤੇ ਮੰਜੇ ਤੇ ਬਹਿ ਕੇ ਖਾਂਦੀ ਆ। ਹਾਂ ਆਹੋ ਮੈਂ ਦੱਸ ਰਹੀ ਸੀ ਨਾ ਤੈਨੂੰ, ਬਹੁਤ ਚੰਗਾ ਬੰਦਾ ਮੇਰਾ ਹੈ, ਵੇਖ ਅੱਲਾ ਤਾਲਾ ਨੇ ਕਿੱਡਾ ਸੋਹਣਾ ਮੇਰਾ ਬੰਦਾ ਮੈਨੂੰ ਦਿੱਤਾ ਵੇ, ਹੈ ਕੋਈ ਹੋਣਾ ਦੁਨੀਆ ਤੇ ਇਹੋ ਜਿਹਾ ਬੰਦਾ? ਇੱਕ ਮਿੰਟ, ਹਾਂ ਹਾਂ, ਖੈਰ ਸੋਹਣਾ ਤੇ ਨਹੀਂ ਇਹਨੂੰ ਕਹਿ ਸਕਦੇ, ਬਾਕੀ ਤੂੰ ਤਾਂ ਕਹਿਣ ਡਈ ਸੈਂ। ਮੈਂ ਤੈਨੂੰ ਇਹੀ ਕਹਿਣ ਡਈ ਸਾਂ, ਇਹੀ ਕਹਿਣ ਡਈ ਸਾਂ, ਮੇਰੀ ਮੈਂ ਦੱਸ ਰਹੀ ਸਾਂ, ਆਹ ਵੇਖ ਲੈ ਚੀਜ਼ਾਂ ਲੈ ਕੇ ਆਉਂਦਾ ਮੇਰੇ ਵਾਸਤੇ, ਬੜੀਆਂ ਚੀਜ਼ਾਂ ਲੈ ਕੇ ਆਉਂਦਾ। ਇਹ ਤੇ ਸੋਨੇ ਦੀ ਏ? ਹਾਂ ਸੋਨੇ ਦੀ ਹੈਗੀ ਏ, ਮੇਰਾ ਮਤਲਬ ਥੋੜੀ ਦੇਰ ਤੱਕ ਅੰਦਰ ਮੈਂ ਰੱਖ ਦਾਂਗੀ, ਤੇ ਬਹੁਤ ਚੰਗਾ ਹੈਗਾ ਵੇ, ਜੁੱਤੀ ਕੱਪੜਾ ਵੀ ਸੂਟ ਇਹਨਾਂ ਨੇ ਲਿਆ ਕੇ ਦਿੱਤਾ ਵੇ ਮੈਨੂੰ, ਐ ਵੇਖ ਪੂਰੇ 5,000 ਰੁਪਏ ਦਾ ਸੂਟ ਆਇਆ, ਤੇ ਸੱਸ ਤੇ ਨਨਾਣ ਮੇਰੀ ਵੀ ਬੜੀ ਚੰਗੀਆਂ ਨੇ, ਬੜੀਆਂ ਹੀ, ਹਾਂਜੀ ਹਰ ਚੀਜ਼ ਘਰ ਚ ਪੂਰੀ ਰੱਖਦਾ ਵੇ, ਹਰ ਚੀਜ਼ ਮੈਨੂੰ ਬਾਹਰ ਤੱਕ ਨੀ ਜਾਣ ਦਿੰਦਾ, ਹਾਂ ਇੰਨੇ ਪੈਸੇ ਕਮਾ ਕੇ ਲਿਆਂਦਾ ਮੈਨੂੰ ਹੀ ਲਿਆ ਕੇ ਦਿੰਦਾ। ਆਹੋ